ਪਟਾਲਾ ਦੇ ਹਜ਼ੀਰਾ ਪਾਰਕ ਵਿਖੇ ਉਸ ਵੇਲੇ ਸਨਸਨੀ ਫੈਲ ਗਈ ਜਦ ਇੱਕ ਵਿਅਕਤੀ ਰਾਹੁਲ ਨੂੰ ਗੋਲੀਆਂ ਲੱਗਣ ਦਾ ਮਾਮਲਾ ਸਾਹਮਣੇ ਆਇਆ ਜਿਸ ਦੀ ਜਾਣਕਾਰੀ ਦਿੰਦਿਆਂ ਪੁਲਿਸ ਥਾਣਾ ਸਿਟੀ ਦੇ SHO ਸੁਖਵਿੰਦਰ ਸਿੰਘ ਨੂੰ ਦੱਸਿਆ ਗਿਆ ਕਿ ਇਹ ਮਾਮਲਾ ਲੜਕੀ ਨੂੰ ਲੈ ਕੇ ਲੱਗ ਰਿਹਾ ਹੈ ਅਤੇ ਮਾਮਲੇ ਦੀ ਬਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ ਜਲਦ ਹੀ ਦੋਸ਼ੀਆਂ ਨੂੰ ਕਾਬੂ ਕੀਤਾ ਜਾਏਗਾ ਗੋਲੀਆਂ ਮਾਰੀਆਂ ਇੱਕ ਨੇ ਛਾਤੀ ਦੋ ਫੈਰ ਤਾਂ ਦੇ ਗੱਡੇ ਕੁੜੀਆਂ ਸਾਹਮਣੇ ਇੱਕ ਨੇ ਛਾਤੀ ਚ ਮਾਰਿਆ ਉਹ ਦਰਬਾਰ ਸਾਹਿਬ ਆਏ ਆ ਪਹਿਲੇ ਫੈਰ ਕੱਢੇ ਪਹਿਲਾਂ ਇਹਦੇ ਮਾਰਿਆ ਪਹਿਲਾਂ ਲੱਗਦੇ ਬਾਜੀ ਸੀ ਥੋੜੀ ਜੀ ਰਾਹੁਲ ਗੁਰਦਾਸਪੁਰ ਦਾ ਇਹ ਗੋਲੀ ਮਾਰੀ ਪਹਿਲਾਂ ਇਹਦੇ ਵੱਜਣ ਲੱਗੀ ਇਹ ਸਾਈਡ ਤੇ ਹੋ ਗਿਆ ਮੁੜਕੇ ਨੇ ਗੋਲੀ ਉਹਦੇ ਹਿੱਟ ਕੇ ਮਾਰਤੀ ਆ ਤੀਜਾ ਨੇ ਪੈਰ ਥੱਲੇ ਤੀਜਾ ਨੇ ਪੈਰ ਤੀਜਾ ਮਾਰਿਆ ਦੋ ਜਾਣੇ ਦੋ ਕੁੜੀਆਂ ਸੀ ਉਹਦੇ ਨਾਲ ਸਾਨੂੰ ਅੱਜ ਸਾਡੇ PCR ਨੇ ਇਥੋਂ ਫੋਨ ਕੀਤਾ ਵੀ ਇੱਥੇ ਹਜੀਰਾ ਪਾਰਕ ਕੋਈ ਦੋ ਮੁੰਡੇ ਝਗੜ ਗਿਆ ਇੱਕ ਨੇ ਦੂਜੇ ਨੂੰ ਗੋਲੀ ਮਾਰਤੀ ਆ ਹੁਣ ਇੱਥੇ ਆਇਆ ਵੈਰੀਫਾਈ ਕੀਤਾ ਰਾਹੁਲ ਏਰੀਅਸ ਲਾਲਾ ਆ ਮੁੰਡਾ ਕੋਈ ਪਹਿਲਾਂ ਤਾਂ ਇੱਥੇ ਰੈਜੀਡੈਂਸੀ ਉਹਦੀ ਬਟਾਲੇ ਹੁਣ ਉਹ ਗੁਰਦਾਸਪੁਰ ਰਹਿੰਦੇ ਆ ਉਹ ਅੱਜ ਦਰਬਾਰ ਸਾਹਿਬ ਮੱਥਾ ਟੇਕਣ ਗਏ ਸੀ ਉਸ ਤੋਂ ਬਾਅਦ ਇੱਥੇ ਆਏ ਸੀ ਉਹਦੀ ਕਿਸੇ ਹੋਰ ਮੁੰਡੇ ਨਾਲ ਜਿਹੜਾ ਕਿ ਇਹਨਾਂ ਦੇ ਕਹਿਣ ਮੁਤਾਬਕ ਆ ਵੀ ਮੂਲਿਆਂ ਦਾ ਮੁੰਡਾ ਪੁੱਟਰ ਉਹਦੇ ਨਾਲ ਲਾਗ ਡਾਟ ਸੀ ਇੱਥੇ ਕਿਤੇ ਆਏ ਤਾਂ ਤੂੰ ਮੈਮ ਹੋਈ ਉਹਨੇ ਇਹਦੇ ਗੋਲੀ ਮਾਰਤੀ ਹੋ ਸਕਦਾ ਹਾਂ ਉਹ ਵੀ ਹੋ ਸਕਦਾ ਉਹ ਵੈਰੀਫਾਈ ਹੁਣ ਕਰਾਂਗੇ ਨਾ ਆਪਾਂ ਵੀ ਕੀ ਚੱਕਰ ਹੈ ਹੋ ਸਕਦਾ ਕੁੜੀਆਂ ਦਾ ਵੀ ਹੋਵੇ ਮਸਲਾ ਕੋਈ ਇਸ ਤਰ੍ਹਾਂ ਦਾ ਇਹਨਾਂ ਦੇ ਮੁਤਾਬਕ ਤਿੰਨ ਚੱਲੇ ਆ ਦੋ ਹਵਾਈ ਇੱਕ ਉਹਦੇ